فقیر ہے جڑے ایک لب لگی سی ہے لب لگی ایسی جویں جویں جاندا رہیا سیوا کردا رہیا اوویں میں رنگ لگدا رہیا چڑھ دے گلا اے سنت تو بعد ایک سنتاں دے ڈیرے جان لگے سی اپاں سنتاں دے جی اوویں میں 15 جگہ کڑاتیاں 400 بھرا پران اے بھی بوٹے اپنے بابے دے لائے مار دو تاڑی پھر اے سنت اے انہاں کتے او تاڑی ہیں گل تھوڑے فقیر نے باز مار کے دسی سی بھی آ نشانیاں تے آ فقیر دا نام آپ بھی کھاتی پہ سان سان نہیں دیتی پر آج تیری جیب سے ڈبی ہے نہیں ہے کٹ کا پورا سکتی ہے کیا ندی دے کنارے میرا ساتھ پوری ندی دے کنارے میرا ساتھ پوری توڑا ہے گیا پلے کھمینو یا ملی دی توڑا ہے گیا پلے کھمینو ہماری دی توڑا اس حام کے کلی اسے دے نادی رکھی سی ਤੇਰੇ ਆਤੀ ਲੈ ਜਾਣਾ ਤਾਂ ਖਾਂਦਾ ਹੀ ਨਹੀਂ ਕਦੇ ਜ਼ਿੰਦਗੀ ਚ ਨਹੀਂ ਖਾਦੀ ਮੈਂ ਫਿਰ ਖੇਡਿਆ ਨਹੀਂ ਜਾਣਾ ਪੁੱਛ ਨਹੀਂ ਨਿਕਲ ਨਹੀਂ ਇੱਥੇ ਮੈਨੂੰ ਚੱਕ ਕੇ ਅੰਦਰ ਪਾ ਲਈ ਸਾਈ ਦਿੱਤੀ ਸੀ ਗੱਲ ਸੱਚੀ ਆ ਬੱਬੂ ਜਿੰਨੀ ਕੀ ਦੱਸੀ ਆ ਮੈਂ ਕੋਈ ਇੱਕ ਵੀ ਝੂਠੀ ਕੋਈ ਇੱਕ ਵੀ ਝੂਠੀ ਆਪਣੇ ਚ ਪੀਰ ਨਹੀਂ ਆਉਂਦਾ ਕੋਈ ਹੈ ਅਸੀਂ ਆ ਤਾਂ ਲੈ ਯਾਰ ਦੇ ਪਰ ਇੱਕ ਗੱਲ ਕਹਿੰਦਾ ਫਕੀਰ ਅੱਜ ਇਹਨੂੰ ਭਾਲਦਾ ਭਾਲਦਾ ਟੋਲਦਾ ਟੋਲਦਾ ਮਰ ਗਿਆ ਮੁੜ ਕੇ ਆਇਆ ਹੀ ਨਹੀਂ ਤੇਰੇ ਲਵੇ ਲੋਕਾਂ ਦੇ ਐ ਕੰਮ ਕਰ ਦਿੰਦਾ ਹੈ ਐ ਤੇਰੇ ਵਾਲਾ ਚ ਰਕਾਵਟ ਪਾ ਜਾਂਦਾ ਕਹਿ ਪਾ ਜਾਂਦਾ ਮਾਰ ਦੋ ਤਾੜੀ ਜੋ ਕਿਸੇ ਲਈ ਮੰਗਦਾ ਨਾ ਉਹ ਫਕੀਰ ਹੁੰਦਾ ਤਾੜੀ ਰੱਜ ਕੇ ਬੱਚੀ ਨਹੀਂ ਅਸੀਂ ਸਾਰਾ ਜੋਰ ਲਾਈ ਜਾਂਦੇ نارائن دا سی
ਕਿ ਜਾਣੇ ਦੂਜਾ ਕਿ ਜਾਣੇ
ناتھ دی فقیری بہت وڈی ہے اے کھلر کے بہ جاندا سی اے جا فقیر ہے تیرے موہرے سپ بنوا لڑدا سی پر تینوں پرکھ لائی کہ سپ بنیا کہ نہیں تیرے موہرے ہر پاس کے رہندا موہرے موہرے کالا ناگ کالا ناگ اج اے ہی میری باہ ہے جا موٹا ہے میں ہے تو بھی موٹا بن گیا ہے پر ایک گل کہی انا مینوں کہندا تیری غلطی کرتے ہیں ماپے نہیں مارتے فقیر کدے غلطی کرتے ہیں کہ تیرے تو ہوئی کہ تیرے تو ہوئی کہ تیرے تو ہوئی کہ تو پل کیتی کہ تو پل کیتی کہ ساتھ نو درکاریا کہ درکارتا جنوں تو پالدا سی نہ پیر دی نہ پوت دی نہ پریت دی نہ چڑیل دی گل کلی ناتھ دی سی ہیں ایسے نے لوکاں دے کم ڈاتے ایسے نے لوکاں دے روپے موڑن والا کرتا تے بول کے دس ਜਿਵੇਂ ਬਾਬਾ ਜੀ ਨੇ ਗੱਲ ਕਹੀ ਸੀ ਪਹਿਲਾਂ ਵੀ ਮੇਰੇ ਵਰਗੇ ਕੋਈ ਐ ਕਹਿੰਦੇ ਜਦ ਤੱਕ ਕੰਮ ਕਰਦੇ ਨਹੀਂ ਰੁਪਏ ਮੋੜ ਨਹੀਂ ਤਾਂ ਤੈਨੂੰ ਖਿੱਚ ਲਾਂਗੇ ਤੂੰ ਵੀ ਲੈਣਾ ਚੋਰੀ ਚੋਰੀ ਅੰਦਰ ਵੜ ਕੇ ਐਂ ਭੰਡਾਰਾ ਲੈਣਾ ਬੋਲ ਜਲੇਬੀਆਂ ਦਾ ਲੰਗਰ ਆ ਜਿੰਨੇ ਬਾਬੇ ਜਿੰਨੇ ਮੇਰੇ ਤੋਂ ਵੱਡੇ ਫਕੀਰ ਲੋਕ ਬੈਠੇ ਆ ਇਹਨਾਂ ਦਾ ਆਸ਼ੀਰਵਾਦ ਆ ਮੈਨੂੰ ਕੁਛ ਨਹੀਂ ਆਉਂਦਾ ਆ ਬਾਬੇ ਜਗਮੀਤ ਨੇ ਮੈਨੂੰ ਥਾਪੀ ਮਾਰੀ ਸੀ ਕਹਿੰਦਾ ਪੁੱਤ ਚੱਪ ਕੱਢ ਦੀ ਅਸੀਂ ਕੁਛ ਨਹੀਂ ਆ ਜੀ ਤੁਹਾਡੇ ਆ ਸੰਗਤ ਦੇ ਚਰਨਾਂ ਦੀ ਧੂੜ ਆ ਹੁਣ ਗੱਲ ਤੇ ਲੱਗ ਗਈ 500 ਦਾ ਨੋਟ ਦਿੱਤਾ ਤੈਨੂੰ ਮੁੱਕਰਦਾ ਤੂੰ ਵੀ ਮੇਰੇ ਨਾਲ ਗਾਇਕ ਨਾ ਨਹੀਂ ਆ ਗਿਆ ਦਾਦਾ ਜੀ ਜਾਂਦੇ ਆ ਬਾਬਾ ਜੀ ਬੈਠਿਆ ਮੇਰੇ ਮੁਰਸ਼ਦ ਆ ਮੈਂ ਇਹਨਾਂ ਤੋਂ ਉੱਤੇ ਨਹੀਂ ਹੋ ਸਕਦਾ ਜੇ ਤਾਂ ਮੇਰੀ ਗੱਲ ਹੋਈ ਸੱਚੀ ਤੇ ਪੁੱਛ ਹੋਈ ਸੱਚੀ ਤਾਂ ਮੇਰੇ ਬਾਪੂ ਨਾਲ ਜਾਂਦੇ ਗੱਲ ਕਰ ਜੋ ਪਰ ਇਹ ਕਹਿੰਦਾ ਮੁਰੂ ਉਵੇਂ ਇਹਦੀਆਂ ਵੀ ਕਿਸੀਆਂ ਕਰਾ ਕੇ ਮਾਰੂੰਗਾ ਤੁਰੂ ਅੱਜ ਹੀ ਇਹ ਵੀ ਇੰਨੀ ਸੰਗਤ ਚ ਵਾਅਦਾ ਕਰਦਾ ਪਰ ਪਛਾਣ ਤੈ ਕਰਨੀ ਹੈ ਨਾ ਤਾਂ ਪੁੱਛ ਲਿਆ ਸੀ ਬਾਬਾ ਨਾ ਦੱਸ ਸਮਾਜ ਦੇ ਉੱਤੇ ਲਿਖਿਆ ਦਿਖਾ ਗਿਆ ਮੈਨੂੰ ਤੂੰ ਨੀ ਵੇਖਿਆ ਮੈਂ ਵੇਖਿਆ ਸੰਤ ਨਾਰਾਇਣ ਦਾਸ ਕਹਿੰਦਾ ਪੁੱਤ ਕਰਨੀ ਦਾ ਮਾਲਕ ਹੈ ਕੋਈ ਫੁੱਦੂ ਸਾਧ ਨਹੀਂ ਸੱਤ ਫੁੱਟ ਦਾ ਕੱਦਾ ਤੇ ਪੁੰਜੇ ਜਟਾਵਾਂ ਲੱਗਦੀਆਂ ਫਕੀਰ ਨੂੰ ਤੇ ਮੈਂ ਵੀ ਪੁੰਜੇ ਆਖਿਆ ਥੱਲੇ ਕਹਿੰਦਾ ਪੁੰਜੇ ਕਹਿੰਦਾ ਗੱਲ ਦੇਖੀ ਪੈਂਦੀ ਪੈ ਸਰਾਣੇ ਪੈ ਗੱਲ ਕੀ ਆ ਬਾਪੂ ਜਾ ਤੇ ਫਕੀਰ ਤੇਰੇ ਨਾਲ ਜੇ ਤਾਂ ਗਿਆ ਤਾਂ ਕਹਿ ਦੀ ਕਿਸੇ ਸਾਧ ਦਾ ਪੁੱਤ ਪੁੱਛ ਕੱਢ ਗਿਆ ਸੀ ਨਹੀਂ ਕਦੀ ਕੋਈ ਬੂਬਣਾ ਸਿਰ ਮਾਰ ਗਿਆ ਸੀ ਹੁਣ ਇੱਕ ਗੱਲ ਪੁੱਛਣਾ ਕਹਿ ਦੇਗਾ ਇੱਕ ਵਾਰੀ ਕਮਲਾ ਕਹਿ ਦੇ ਨਹੀਂ ਕਹਿੰਦਾ ਕਮਲਾ ਉੱਚੀ ਦੇਣੇ ਕਹਿ ਕਮਲਾ ਮੈਂ ਸੱਚੀ ਕਮਲਾ ਮੇਰੇ ਭਾਜੀ ਰੱਬ ਹੈ ਜੇ ਕਮਲਾ ਅੱਜ ਮੇਰੇ ਭਾਜੀ ਰੱਬ ਹੈ ਜਿਹੜਾ ਮੈਂ ਵਾਹ ਵਾਹ।
ਹੈ ਤਾਂ ਹੈ ਨਹੀਂ ਗੱਲ ਕਹੀ ਆ ਫਕੀਰੀ ਚੱਕਣੀ ਪੂ ਜਿੱਥੇ ਮਰਜ਼ੀ ਬਦਲਾ ਕਿਉਂਕਿ ਤੁਹਾਡੇ ਖੂਨ ਚ ਆਏ ਹੈ ਕਿ ਨਹੀਂ ਜੇ ਝੂਠੀ ਆ ਤਾਂ ਤਲਾਪੜੇ ਨੂੰ ਮੂੰਹ ਤੇ ਮਾਰੀ ਜਾਏ ਬਹਿ ਜਾ ਰਾਜਾ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਉਧਰ ਹੋ ਗਈ ਮੰਮੀ ਤੇ ਪੁੱਤ ਤੂੰ ਚੱਕ ਕੱਢ ਮੈਂ ਚੱਕਣੀ ਚੁੱਕਣੀ ਨਹੀਂ ਮੈਨੂੰ ਮਾਰੇ ਮੈਨੂੰ ਨਹੀਂ ਆਉਂਦਾ ਕੁਛ ਹੈ ਇਹਨੂੰ ਵੀ ਨਾਲ ਹੀ ਲਾ ਆਜਾ ਯਾਰ ਤੂੰ ਦੋਨੇ ਖੜੀ ਮਾਰੇ ਮੈਂ ਖੇਡੇ ਨਹੀਂ ਜਲੇ ਮੈਂ ਖੜਾ ਹਾਂ ਨਾ ਮੈਂ ਆਮਿਨ ਆਮਿਨ ਅੱਜ ਗੈਂਡ ਉਹ ਤਾਰੀ ਜਗਮੀਰ ਦੇ ਘਰੇ ਇਹਨਾਂ ਨਾਲ ਐਸੇ ਨਾਲ ਦਾ ਹੀ ਰੌਲਾ ਸੀ ਨਾ ਹਾਂ ਐਸੇ ਗੱਲ ਦਾ ਹੀ ਕੱਲੀ ਦਾ ਰੌਲਾ ਸੀ ਮੇਰੇ ਯਾਦ ਆ ਨਹੀਂ ਯਾਦ ਆ ਨਹੀਂ ਯਾਦ ਆ ਪੂਰੀ ਮੇਰੇ ਬਾਤ ਤੇ ਆਉਂਦਾ ਆਓ ਜਾਓ ਵੀ ਬਜ਼ੁਰਗ ਦਾ ਨਾਂ ਖਲੋ ਕਚਾਰੀ ਚ ਮੇਨ ਮਕਸਦ ਹੀ ਇਸ ਗੱਲ ਦਾ ਕੁੰਡੀ ਉਹ ਮੈਨੂੰ ਸਵਾਲ ਉੱਥੇ ਆਉਂਦਾ ਜਿੱਥੇ ਫਕੀਰ ਦੀ ਗੱਲ ਹੋ ਗਈ ਕਿਉਂਕਿ ਮੇਰੇ ਕਮਲੇ ਨੇ ਚਾਹੁੰਦੇ ਨੇ ਸਮਾਧੀ ਲਈ ਆ ਬਾਪੂ ਉਹਦੇ ਲੜ